ਇਹਨਾਂ ਕੋ ਪੁੱਛੋ ਰੀਜ਼ਨ ਕੀ ਸੀ ਤੇਰਾ ਫਿਰ ਦੱਸਣਗੇ। ਹਾਂਜੀ ਕੀ ਹੋਇਆ ਸੀ ਜੀ? ਕਿਸੇ ਨਾਲ ਤੁਹਾਡੀ ਮਿਹਰਬਾਨੀ, ਪਹਿਲੇ ਨਾਂ ਦੱਸੋ ਤੁਹਾਡਾ। ਬੇੜਾ ਦਰਜ ਹੈ ਮੁਹੰਮਦ ਦੀਨ ਸਾਹਿਬ ਜੀ, ਟੀਚਰ ਟੀਚਰ ਹੈਗੇ ਜੀ ਹਮਾਰਾ ਅਸੀਂ ਟੀਚਰ। ਇਹ ਟੀਚਰ ਪਤਾ ਕੀ ਜੇ ਯਾ ਟੀਚਰ ਕਾ ਲੈ ਯਾ ਹਈ ਯਾ ਕੀ ਯੂ ਐ ਜੇ ਇਹਨਾਂ ਦੇ ਟੀਚਰ ਪੀ ਟੀ ਟੀਚਰ ਉਧਰ ਵੀ ਆ ਜਿਓ ਯਾ ਕਮੜਿਆ ਜੀ ਫੇਰ ਜੀ ਆਈ ਜਾਈਦਾ ਸੀ ਆਮ ਸਰਕਾਰ ਉਧਰੋਂ ਉਧਰੋਂ ਲੰਘ ਜਾਣਾ ਇਹ ਪੁੱਲ ਨਹੀਂ ਸੀ ਹੁੰਦਾ ਸੀ ਮੈਂ ਪੱਕੀ ਤੇ ਹਾਂ ਲੇਕਿਨ ਇਹ ਨਹੀਂ ਕੋਈ ਕੋਈ ਇਸ਼ਾਰਾ ਕੀਤਾ ਨਹੀਂ ਉਹਨਾਂ ਨੇ ਐਦਾਂ ਹੀ ਨਿਗਾਹ ਨਾਲ ਹੀ ਕਾਬੂ ਕੀਤਾ। ਉਹ ਤਾਂ ਸਰਦੀ ਦਸੰਬਰ ਬੜੀ ਸਰਦੀ ਸੀ ਜਦ ਸਰਦੀ ਸੀ ਜਨਾਬ ਜੋ ਉੱਥੇ ਜੁੱਤੀ ਜੁੱਤੀ ਕੱਪੜੇ ਚਲਾਂਗੇ ਸਾਹਮਣੇ ਇਹਨਾਂ ਦੇ ਦਿੱਤੇ ਆ ਜਾ ਆ ਜਾ ਫਿਰ ਇਹ ਨਾਈਆਂ ਨੇ ਇਹ ਨਹੀਂ ਪੁੱਛਿਆ ਗਰਮੀ ਕਿ ਸਰਦੀ ਨਵੰਬਰ ਕਿ ਦਸੰਬਰ ਫਿਰ ਛਾਲ ਮਾਰੀ ਸਿੱਧਾ ਬਾਬੇ ਕੋਲ ਗਰੇ ਲਗਾ ਲਿਆ ਅੰਦਰ ਲੈ ਗਿਆ ਜੋੜਾ ਪਹਿਨਾਇਆ ਉਹ ਰਾਹ ਤੇ ਜੰਮੇ ਨਾਮ ਨੂੰ ਲਿਖਿਆ ਫਿਰ ਲਿਖਿਆ ਇੱਕ ਅੱਲਾ ਕੇ ਬੰਦੇ ਨੇ ਦੀਨ ਕੀ ਖਾਤਰ ਮਹਿਕ ਨੇ ਛਲਾਂਗ ਲਗਾ ਅੱਲਾ ਰੱਬ ਇੱਜ਼ਤ ਕੋ ਉਸਕੀ ਛਲਾਂਗ ਲਗਾਨਾ ਇਤਨੀ ਪਸੰਦ ਆਈ ਕਿ ਪਲ ਭਰ ਹੀ ਮੈਂ ਪੁੱਲ ਬਣ ਗਿਆ ਔਰ ਉਸ ਪੁੱਲ ਤੇ ਬੈਠ ਕੇ ਬਾਬਾ ਜੀ ਸਰਕਾਰ ਨੇ ਆਪਣੀ ਫੋਟੋ ਮੈਨੂੰ ਲੰਦਨ ਭੇਜੀ ਸੁਭਾਨ ਅੱਲਾ। ਔਰ ਮੈਂ ਕਿਹਨੂੰ ਦਿੱਤੀ? ਨਿਹਾਨ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਸੁਡਾਨੀ ਸੀ ਕਹਿੰਦਾ ਸੀ ਮੈਂ ਕੋਈ ਇਹੀ ਚੰਗੀ ਚੀਜ਼ ਸਭ ਤੋਂ ਬਾਬੇ ਨੇ ਫੋਟੋ ਭੇਜੀ ਆਪਣੀ ਇੱਥੇ ਪੁੱਲ ਤੇ ਬੈਠ ਕੇ ਸੱਜਣਾ ਦੇ ਨਾਲ ਅੱਜ ਉਹ ਫੋਟੋ ਦੇਖੋ ਜੀ ਮਤਲਬ ਉਹਨਾਂ ਨੇ ਨਹਿਰ ਸੁੱਟਿਆ ਸੀ ਕਿ ਕਰ ਰਹੇ ਹੁਣ ਕਿ ਗੰਦਾ ਬਹੁਤ ਆ ਇੱਕ ਅਸਲੀ ਹੋਰ ਗੱਲ ਉਹਨਾਂ ਜਿੰਨੀਆਂ ਮੇਰੀਆਂ ਤਕਰੀਰ ਨੇ ਇੱਥੇ ਸ਼ਾਇਦ ਕਿਸੇ ਦੀ ਹੋਣ ਮੈਂ ਖਾਜਾ ਤਕਰੀਰ ਕਰੋ ਮੈਂ ਜਨਾਬ ਮੈਨੂੰ ਕੀ ਪਤਾ ਤਕਰੀਰਾਂ ਅਨਪੜ੍ਹ ਕਮੀਨਾ ਮੈਂ ਲੱਗੋ ਇੱਧਰ ਉੱਧਰ ਦੀਆਂ ਮਾਰਦਾ ਰਿਹਾ ਇਹ ਪੁੱਛਦੇ ਆ ਜੀ ਦਾੜੀ ਰੱਖਣਾ ਸੁਨਤ ਹੈ ਕਿ ਫਰਜ਼ ਹੈ ਇੱਦਾਂ ਕੁਛ ਇਸ ਤਰ੍ਹਾਂ ਦਾ ਹੀ ਸੁਭਾਅ ਉਦੋਂ ਦੀ ਅੱਲੜ ਬੱਲੜ ਪਾਵੇ ਦਾ ਲੰਬੀ ਵਧਾਵੇਗਾ ਸੁਨਤ ਪੂਰਾ ਕਰੀਏ ਸੌ ਸ਼ਹੀਦ ਦਾ ਸੁਭਾਅ ਹੈ ਅਤੇ ਰਮਜ਼ਾਨ 'ਚ ਹੋਵੇ ਤਾਂ ਬਾਬੇ ਦੇ ਦਰ 'ਤੇ ਆ ਕੇ ਫਿਰ ਦਾੜੀਆਂ ਬਗੈਰ ਕਿਸ ਤਰ੍ਹਾਂ ਕੰਮ ਚੱਲਦੇ ਨਾਲੇ ਬਾਬਾ ਬਾਬਾ ਕਰਨਾ ਨਾਲੇ ਛਾਬਾ ਵਿੰਗਾ ਰੱਖੇ ਇਹ ਨਹੀਂ ਨਾ ਠੀਕ ਪਰ ਦੇਸੀ ਲਈ ਸੁਭਾਅ ਗਿਆ ਅੱਲਾ ਰਹਿਮ ਕਰੇ ਅੱਲਾ ਮੇਰੇ ਰਮਜ਼ਾਨ ਕੀ ਪਰਸੋਂ ਇਨਸ਼ਾ ਅੱਲਾ।